ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਈਵਨਿੰਗ, ਵੈਲਕਮ ਬੈਕ ਟੂ ਯੂਟਿਊਬ ਚੈਨਲ ਟੈਕ ਐਂਡ ਰਾਈਡ। ਅਤੇ ਅੱਜ ਅਸੀਂ ਅੱਜ ਸਾਡੀ ਜੋ ਜਿਸ ਚੀਜ਼ 'ਤੇ ਅਸੀਂ ਵੀਡੀਓ ਬਣਾਉਣ ਵਾਲੇ ਹੈ ਉਹ ਐਕਚੁਅਲੀ ਸਾਡਾ ਇੱਕ ਕੰਪਿਊਟਰ ਹੈ ਜਿਹੜਾ ਕਿ ਅਸੀਂ ਨਵਾਂ ਬਣਾ ਕੇ ਆਪਣੇ ਕਲਾਇੰਟ ਨੂੰ ਦੇਣ ਲੱਗੇ ਹਾਂ। ਜਿਨ੍ਹਾਂ ਦੇ ਸਿਸਟਮ ਲਗਾਉਣ ਵਾਲੇ ਹੈ ਅਸੀਂ ਉਹ ਐਕਚੁਅਲੀ ਇੱਕ ਆਰਕੀਟੈਕਟ ਨੇ ਅਤੇ ਪਲੱਸ ਇੰਟੀਰੀਅਰ ਡਿਜ਼ਾਈਨਰ ਨੇ। ਜਿਨ੍ਹਾਂ ਦੇ ਇਹ ਸਿਸਟਮ ਅਸੀਂ ਇੰਸਟਾਲ ਕਰਨ ਵਾਲੇ ਹਾਂ, ਅਤੇ ਉੱਥੇ ਪਹਿਲਾਂ ਵੀ ਮੇਰੇ ਕਾਫੀ ਸਾਰੇ ਸਿਸਟਮ ਜਿਹੜੇ ਉਹ ਲੱਗੇ ਹੋਏ ਨੇ, ਲਾਈਕ i5, i3, i7। i3 ਤੋਂ ਬਾਅਦ ਮੇਰੇ ਜ਼ਿਆਦਾਤਰ ਜਿਹੜੇ ਸਿਸਟਮ ਨੇ ਉਹ i5 ਅਤੇ i7 ਹੀ ਲੱਗੇ ਹੋਏ ਨੇ, ਕਿਉਂਕਿ ਉਹਨਾਂ ਦੀ ਜਿਹੜੀ ਵਰਕਿੰਗ ਹੈ ਉਹਦੇ ਵਿੱਚ ਉਹਨਾਂ ਦੀ ਡਿਟੇਲਿੰਗ ਬਹੁਤ ਜ਼ਿਆਦਾ ਰਹਿੰਦੀ ਹੈ, ਜਿਹਦੇ ਵਿੱਚ ਉਹ ਹੈਚਿਸ ਵਗੈਰਾ ਔਰ ਛੋਟੀ ਤੋਂ ਛੋਟੀ ਡਿਟੇਲਿੰਗ ਯੂਜ਼ ਕਰਦੇ ਹੈ, ਜਿਹਦੇ ਕਰਕੇ ਉਹਨਾਂ ਦੀ ਜੋ ਫਾਈਲਸ ਹੈਗੀਆਂ ਨੇ ਉਹ ਬਹੁਤ ਹੈਵੀ ਹੋ ਜਾਂਦੀਆਂ ਨੇ। ਉਸ ਕੰਡੀਸ਼ਨ 'ਚ ਕੀ ਹੁੰਦਾ ਕਿ ਉਹਨਾਂ ਜਿਹੜੇ ਸੋਫਟਵੇਅਰ ਹੈ ਆਊਟਕੈਡ ਵਗੈਰਾ, 3D Max ਵਗੈਰਾ, ਲੂਮੀਓਨ ਵਗੈਰਾ, ਸਕੈਚ ਵਗੈਰਾ ਜਿਹੜਾ ਕਿ ਯੂਜ਼ ਕਰਦੇ ਆ, ਉਹ ਸਿਸਟਮ ਹੈਵੀ ਹੋਣ ਕਰਕੇ ਅਤੇ ਬੱਚਿਆਂ ਨੂੰ ਥੋੜ੍ਹੀ ਉਸ ਚੀਜ਼ ਦੀ ਦਿੱਕਤ ਆਉਂਦੀ ਹੈ। ਅਤੇ i7 ਵਰਗੇ ਸਿਸਟਮ ਲੇਟੈਸਟ ਮਾਡਲ ਲੱਗੇ ਹੋਏ ਨੇ, 8th Generation, 7th Generation ਜਿਹੜੇ ਆ ਉਹ ਸਿਸਟਮ ਲੱਗੇ ਹੋਏ ਨੇ। ਅਤੇ ਅੱਜ ਜੋ ਇੰਸਟਾਲ ਕਰਨ ਵਾਲੇ ਹੈ ਉਹ ਅਸੀਂ ਇੰਸਟਾਲ ਕਰਨ ਵਾਲੇ ਇੱਕ i5 ਦਾ 9th Generation ਦਾ ਸਿਸਟਮ ਜਿਹੜਾ ਉਹ ਇੰਸਟਾਲ ਕਰਨ ਵਾਲੇ ਹੈ, ਜਿਹੜਾ ਕਿ ਬਿਲਕੁਲ ਲੇਟੈਸਟ ਲਾਂਚ ਹੋਇਆ ਮਾਰਕੀਟ ਦੇ ਵਿੱਚ, i5 ਦਾ 9600K ਮਾਡਲ। ਅਤੇ ਜ਼ਿਆਦਾ ਟਾਈਮ ਨਾ ਤੁਹਾਡਾ ਲੈਂਦਾ ਹੈ, ਚਲੋ ਆਪਾਂ ਸ਼ੁਰੂ ਕਰਦੇ ਹਾਂ ਅਤੇ ਦੇਖਦੇ ਹਾਂ ਇਹਦੇ ਵਿੱਚ ਆਪਾਂ ਕੀ ਯੂਜ਼ ਕਰਨ ਵਾਲੇ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਤਾਂ ਸਾਡਾ ਹੈ ਉਹ ਪ੍ਰੋਸੈਸਰ i5 ਦਾ, ਜਿਹੜਾ ਕਿ i5 9600K ਮਾਡਲ ਹੈ। ਕੇ ਮਤਲਬ ਕਿ ਇਸ ਕਰਕੇ ਜੋ ਪ੍ਰੋਸੈਸਰ ਦੇ ਟੋਪ ਸੀਰੀਜ਼ ਹੁੰਦੀਆਂ ਨੇ ਉਹਦੇ ਵਿੱਚ ਕੇ ਸੀਰੀਜ਼ ਜਿਹੜੀਆਂ ਸਭ ਤੋਂ ਟੋਪ ਸੀਰੀਜ਼ ਨੇ, ਜਿਹਦੇ ਵਿੱਚ ਤੁਸੀਂ ਇਹਨਾਂ ਦੀ ਅਨਲੋਕਿੰਗ ਕਰਕੇ ਇਸ ਚੀਜ਼ ਨੂੰ ਤੁਸੀਂ 4.5 GHz ਤੱਕ ਲੈ ਕੇ ਚੱਲ ਸਕਦੇ ਹੋ। ਇਹਦੀ ਜਿਹੜੀ ਆਪਣੀ ਸਪੀਡ ਹੈਗੀ ਹੈ ਉਹ ਹੈਗੀ ਹੈ 3.7 GHz ਦੀ, ਅਤੇ 9 MB ਦੀ ਕੈਸ਼ ਮੈਮਰੀ ਹੈ ਇਹਦੇ ਵਿੱਚ। ਸੋ ਇਹ ਹੈ ਸਾਡਾ i5 ਦਾ ਪ੍ਰੋਸੈਸਰ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਯੂਜ਼ ਕਰ ਰਹੇ ਹਾਂ ਇਹਦੇ ਵਿੱਚ SSD, ਉਹ ਹੈਗੀ ਹੈ ਸੈਮਸੰਗ ਦੀ 970 EVO ਪਲੱਸ NVMe M.2 250 GB। ਜਿਹੜਾ M.2 ਮਾਡਲ ਹੈ ਇਹ ਬੇਸਿਕਲੀ ਕੀ ਹੈ ਕਿ ਮਦਰਬੋਰਡ ਦੇ ਵਿੱਚ ਸਿੱਧਾ ਡਾਇਰੈਕਟ ਹੀ ਲੱਗ ਜਾਂਦਾ ਹੈ, ਇਹਨੂੰ ਇਹਦੇ ਵਿੱਚ ਤੁਹਾਨੂੰ ਵਾਇਰ ਵਗੈਰਾ ਲਗਾਉਣ ਦੀ ਲੋੜ ਨਹੀਂ ਪੈਂਦੀ। ਬਟ ਇਹਦੇ ਲਈ ਜਿਹੜੇ ਮਦਰਬੋਰਡ ਵੀ ਹੁੰਦੇ ਆ ਉਹ ਵੀ ਕਾਫੀ ਹਾਈ ਕੁਆਲਿਟੀ ਦੇ ਹੁੰਦੇ ਵੇ ਜਿਹਦੇ ਵਿੱਚ ਸਪੋਰਟ ਕਰਦੇ ਆ। ਸੋ ਇਹਦੀ ਜਿਹੜੀ ਸਪੀਡ ਹੈਗੀ ਹੈ ਆਪਣੀ, ਨੋਰਮਲ ਜੋ SSDs ਹੁੰਦੀਆਂ ਨੇ ਉਹਨਾਂ ਦੀ ਜਿਹੜੀ ਸਪੀਡ ਹੈ ਉਹ 500 ਤੋਂ 600 MB ਪਰ ਸੈਕਿੰਡ ਟ੍ਰਾਂਜੈਕਸ਼ਨਸ ਰਹਿੰਦੀ ਹੈ, ਜਦਕਿ ਇਹਦੀ ਜਿਹੜੀ ਟ੍ਰਾਂਜੈਕਸ਼ਨ ਸਪੀਡਸ ਹੁੰਦੀ ਹੈ, ਰੀਡ ਸਪੀਡ ਹੁੰਦੀ ਹੈ, ਉਹ ਹੁੰਦੀ ਹੈ 6 GB ਪਰ ਸੈਕਿੰਡ ਦੇ ਹਿਸਾਬ ਨਾਲ। ਅਤੇ 6 GB ਦੀ ਅਗਰ ਗੱਲ ਕਰੀਏ ਤਾਂ ਘੱਟੋ ਘੱਟ 6000 MB ਪਰ ਟ੍ਰਾਂਜੈਕਸ਼ਨ ਦੀ ਸਪੀਡ ਰਹਿੰਦੀ ਹੈ ਇਹਦੇ ਵਿੱਚ। 970 EVO ਪਲੱਸ M.2 ਤੋਂ ਇਲਾਵਾ ਵੀ SATA ਪੋਰਟਸ ਵੀ ਆਉਂਦੀਆਂ ਨੇ ਜਿਨ੍ਹਾਂ ਦੀ 3000 ਤੋਂ 3500 MB ਸਪੀਡ ਹੁੰਦੀ ਹੈ। ਸੋ ਉਹਨਾਂ ਦੀ ਵਰਕਿੰਗ ਥੋੜ੍ਹੀ ਹੈਵੀ ਹੋਣ ਕਰਕੇ, ਡਿਟੇਲਿੰਗ ਜ਼ਿਆਦਾ ਹੋਣ ਕਰਕੇ, ਇਸ ਕਰਕੇ ਅਸੀਂ ਉਹਦੇ ਵਿੱਚ ਅੱਜ ਯੂਜ਼ ਕਰਨ ਵਾਲੇ ਹਾਂ 970 EVO ਮਾਡਲ M.2 250 GB ਦੀ SSD। ਦੈਨ ਹੁਣ ਆਪਾਂ ਨੈਕਸਟ ਜੋ ਗੱਲ ਕਰਦੇ ਹਾਂ ਅਗਰ RAM ਦੀ, ਤਾਂ ਜਿਹੜੀ RAM ਵੀ ਹੈ ਉਹ ਵੀ ਅਸੀਂ ਕੋਰਜ਼ੀਅਰ ਕੰਪਨੀ ਦੀ ਯੂਜ਼ ਕਰ ਰਹੇ ਹਾਂ, ਜਿਹੜੀ ਕਿ ਕਾਫੀ ਹਾਈ ਬ੍ਰਾਂਡਡ ਸਿਸਟਮ ਦੇ ਵਿੱਚ ਮੰਨੀ ਜਾਂਦੀ ਹੈ, ਜਿਹਦਾ ਕਾਫੀ ਨਾਮ ਹੈ ਮਾਰਕੀਟ ਦੇ ਵਿੱਚ। ਔਰ ਇਹ ਜਿਹੜੀ ਅਸੀਂ RAM ਯੂਜ਼ ਕਰ ਰਹੇ ਹਾਂ ਇਹ ਅਸੀਂ ਯੂਜ਼ ਕਰ ਰਹੇ ਹਾਂ 3200 MHz ਦੀ ਸਿੰਗਲ ਸਲੋਟਡ 16 GB ਦੀ RAM ਯੂਜ਼ ਕਰ ਰਹੇ ਹਾਂ। ਸੋ ਇਹ ਹੀਟ ਸਿੰਕਡ RAM ਹੈ, ਮਤਲਬ ਕਿ ਕਾਫੀ ਜ਼ਿਆਦਾ ਸਿਸਟਮ ਜਦੋਂ ਹੀਟ ਵੀ ਹੋ ਜਾਵੇ ਉਸ ਕੰਡੀਸ਼ਨ 'ਤੇ ਵੀ ਇਹ ਆਪਣੇ ਸਿਸਟਮ RAM ਵਗੈਰਾ ਨੂੰ ਕੂਲਿੰਗ 'ਚ ਰੱਖਦਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਪਣਾ ਇਹਦਾ ਫੈਨ ਦਾ। ਜੇ ਅਸੀਂ ਮੰਨ ਲਓ ਕਿ i5 ਦਾ 9600K ਸੀਰੀਜ਼ ਅਸੀਂ ਕਿਸੇ ਵੀ ਚੀਜ਼ ਲੈਣੀ, ਚਾਹੇ ਉਹ i5 ਦਾ 9th Generation ਹੋਵੇ, 8th Generation ਹੋਵੇ, 7th Generation, ਜੇ ਤੁਸੀਂ K ਸੀਰੀਜ਼ ਯੂਜ਼ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਜਿਹੜਾ CPU ਫੈਨ ਹੈ ਉਹ ਇਨਕਲੂਡਡ ਨਹੀਂ ਹੁੰਦਾ, ਉਹਦੇ ਵਿੱਚ ਤੁਹਾਨੂੰ ਅਲੱਗ ਤੋਂ ਇੱਕ ਕੂਲਿੰਗ ਫੈਨ ਲਗਾਉਣਾ ਪੈਂਦਾ, ਕਿਉਂਕਿ ਇਹ ਤੁਸੀਂ ਅਨਲੋਕ ਵਗੈਰਾ ਕਰਨ ਦੇ ਲਈ ਵੀ ਯੂਜ਼ ਹੁੰਦਾ, ਇਸ ਕਰਕੇ ਇਹਦੇ ਲਈ ਅਲੱਗ ਤੋਂ ਕੂਲਿੰਗ ਫੈਨ ਹੈਵੀ ਡਿਊਟੀ ਦਾ ਲਗਾਉਣਾ ਪੈਂਦਾ। ਸੋ ਕੂਲਿੰਗ ਫੈਨ ਦੇ ਲਈ ਅਸੀਂ ਯੂਜ਼ ਕਰ ਰਹੇ ਹਾਂ ਕੂਲਰ ਮਾਸਟਰ ਦਾ HyperX H410R ਮਾਡਲ, ਜਿਹੜਾ ਕਿ ਕੂਲਿੰਗਸ ਦੇ ਲਈ ਕਾਫੀ ਸਿਸਟਮ ਦੇ ਲਈ ਬੈਟਰ ਹੈ। ਇਹਦੇ ਵਿੱਚ ਜਿਹੜੀਆਂ ਕਾਪਰ ਦੀਆਂ 4 ਪਾਈਪਸ ਨੇ ਅਤੇ ਪਲੱਸ ਇਹਦਾ ਜਿਹੜਾ ਫੈਨ ਦਾ ਡਾਇਆ ਉਹ ਕਾਫੀ ਵੱਡਾ ਹੈ ਅਤੇ ਕੂਲਿੰਗ ਵਾਸਤੇ ਕਾਫੀ ਵਧੀਆ ਮੰਨਿਆ ਜਾਂਦਾ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮਦਰਬੋਰਡ ਦੀ।
ਜਿਹੜਾ ਸੀ ਸਭ ਤੋਂ ਜ਼ਿਆਦਾ ਬੈਸਟ ਜਿਹੜੀ ਚੀਜ਼ ਚੂਜ਼ ਕਰਨੀ ਹੁੰਦੀ ਹੈ ਉਹ ਹੁੰਦਾ ਹੈ ਤੁਹਾਡਾ ਮਦਰਬੋਰਡ। ਤੁਹਾਡੀ ਮਦਰਬੋਰਡ ਦੀ ਜਿਹੜੀ ਕਲੈਕਸ਼ਨਸ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਇਨ ਫਿਊਚਰ 'ਚ ਤੁਸੀਂ ਆਪਣੀ ਉਹਦੇ ਵਿੱਚ ਕੋਈ ਵੀ ਨਵੀਂ ਅਪਗ੍ਰੇਡੇਸ਼ਨਸ ਵਗੈਰਾ ਜਾਂ ਕੋਈ ਵੀ ਚੀਜ਼ ਨੇ ਤੁਸੀਂ ਅਪਗ੍ਰੇਡ ਕਰ ਸਕੋ ਉਹਦੇ ਵਿੱਚ। ਅਤੇ ਜਿਹੜਾ ਅਸੀਂ ਮਦਰਬੋਰਡ ਯੂਜ਼ ਕਰ ਰਹੇ ਹਾਂ ਉਹ ਅਸੀਂ ਯੂਜ਼ ਕਰ ਰਹੇ ਹਾਂ ਅਸੂਸ ਦਾ ਮਦਰਬੋਰਡ ਯੂਜ਼ ਕਰ ਰਹੇ ਹਾਂ, ਰੋਗ ਸਟ੍ਰਿਕਸ Z390E ਗੇਮਿੰਗਸ ਮਦਰਬੋਰਡ। ਜਿਹੜੇ ਗੇਮਿੰਗਸ ਦੇ ਮਦਰਬੋਰਡ ਆਉਂਦੇ ਆ ਉਹ ਕਾਫੀ ਹੈਵੀ ਡਿਊਟੀ ਦੇ ਮਦਰਬੋਰਡ ਆਉਂਦੇ ਨੇ, ਇਹਦੇ ਵਿੱਚ ਤੁਸੀਂ ਹੈਵੀ ਤੋਂ ਹੈਵੀ ਵਰਕ ਲੈ ਸਕਦੇ ਹੋ। ਅਤੇ ਇਹਦੇ ਵਿੱਚ ਜਿਹੜੀ M.2 ਸਲੋਟ ਜਿਹੜੀ ਤੁਹਾਨੂੰ ਮੈਂ SSD ਦੱਸੀ ਸੀਗੀ ਉਹਦੀਆਂ 3 ਸਲੋਟਾਂ ਇਹਦੇ ਅੰਦਰ ਲੱਗ ਸਕਦੀਆਂ ਨੇ। ਅਤੇ ਇਹਦੇ ਜਿਹੜੇ ਕਪੈਸਿਟਰਸ ਵਗੈਰਾ ਨੇ ਉਹਨਾਂ ਦੇ ਉੱਤੇ ਜਿਹੜੇ ਕੂਲਿੰਗ ਸਪੈਡ ਨੇ ਉਹ ਹੀਟ ਸਿੰਕਸ ਵਗੈਰਾ ਲੱਗੀਆਂ ਹੋਈਆਂ ਨੇ, ਪਲੱਸ ਇਹਦੇ ਵਿੱਚ 4 ਸਲੋਟ ਜਿਹੜੀਆਂ ਨੇ ਉਹ ਰੈਮ ਦੀਆਂ ਨੇ। ਤੁਸੀਂ ਮਤਲਬ ਕਿ 8-8 GB ਦੀਆਂ 4 ਰੈਮਾਂ ਲਾ ਸਕਦੇ ਹੋ ਜਾਂ 16-16 GB ਦੀਆਂ 4 ਰੈਮਾਂ ਲਗਾ ਸਕਦੇ ਹੋ। ਸੋ ਉਸ ਚੀਜ਼ ਨੂੰ ਵੀ ਤੁਸੀਂ ਇਨਕਰੀਜ਼ ਕਰ ਸਕਦੇ ਹੋ। ਸੋ ਇਹਦੇ ਵਿੱਚ ਖਾਸ ਗੱਲ ਹੈ ਕਿ ਇਹਦੇ ਵਿੱਚ 3 ਤੁਸੀਂ ਗ੍ਰਾਫਿਕ ਕਾਰਡ ਐਟ ਅ ਟਾਈਮ ਇੰਸਟਾਲ ਕਰ ਸਕਦੇ ਹੋ। ਦੈਨ ਇਹਦੇ ਵਿੱਚ ਇੱਕ ਹੋਰ ਬੈਸਟ ਚੀਜ਼ ਹੈਗੀ ਹੈ ਕਿ ਇਹਦੇ ਵਿੱਚ ਇਨਬਿਲਟ ਵਾਈਫਾਈ ਹੈ। ਤੁਸੀਂ ਮਤਲਬ ਕਿ ਜੇ ਲੈਨ ਦੇ ਥਰੂ ਇਹਨੂੰ ਨਹੀਂ ਚਲਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਉਸ ਜਿਸ ਜਗ੍ਹਾ 'ਤੇ ਸਿਸਟਮ ਲੱਗਾ ਉੱਥੇ ਅਗਰ ਤੁਹਾਡਾ ਲੈਨ ਪੋਰਟ ਜਾਂ ਲੈਨ ਵਾਇਰ ਨਹੀਂ ਹੈ ਉਸ ਕੰਡੀਸ਼ਨ 'ਚ ਇਹਦੇ ਵਿੱਚ ਇਨਬਿਲਟ ਵਾਈਫਾਈ ਵੀ ਹੈ ਤਾਂ ਤੁਸੀਂ ਇਹਨੂੰ ਵਾਈਫਾਈ ਦੇ ਥਰੂ ਹੀ ਚਲਾ ਸਕਦੇ ਹੋ। ਸੋ ਇੱਕ ਨਵੀਂ ਚੀਜ਼ ਹੈ ਇਹਦੇ ਵਿੱਚ, ਇਸ ਕਰਕੇ ਮਾਡਲ ਯੂਜ਼ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਇਸ ਤੋਂ ਬਾਅਦ ਇਹਦੇ ਸਪਲਾਈ ਦੀ। ਤੋ ਜਿਹੜੀ ਇਹਦੀ ਪਾਵਰ ਸਪਲਾਈ ਜੋ ਯੂਜ਼ ਕਰਨ ਵਾਲੇ ਹੈ ਉਹ ਬੇਸਿਕਲੀ ਹੈਗੀ ਹੈ ਗੀਗਾਵਾਈਟ ਦੀ 2700H18+ ਬ੍ਰਾਊਨਸ ਮਾਡਲ ਹੈ। ਇਹ ਮਤਲਬ ਕਿ ਜਿਹੜਾ ਸਪਲਾਈ ਹੈਗੀ ਹੈ 700 ਵਾਟ ਦੀ ਸਪਲਾਈ ਹੈ, ਕਾਫੀ ਹੈਵੀ ਡਿਊਟਿਡ ਹੈ ਇਹ ਸਿਸਟਮ ਦੇ ਵਾਸਤੇ ਕਿਉਂਕਿ ਇਨ ਫਿਊਚਰ 'ਚ ਹੋ ਸਕਦਾ ਹੈ ਕਿ ਜੋ ਕਲਾਇੰਟਸ ਨੇ ਉਹ ਇਹਦੇ ਵਿੱਚ ਗ੍ਰਾਫਿਕ ਕਾਰਡ ਵਗੈਰਾ ਲਗਾਉਣ ਅਤੇ ਉਸ ਕੰਡੀਸ਼ਨ 'ਚ ਥੋੜ੍ਹਾ ਬਹੁਤਾ ਇਹ ਲੋਡ ਉਠਾ ਲੇਗੀ। ਅਗਰ ਜੇ ਹੈ ਕਾਫੀ ਹੈਵੀ ਡਿਊਟੀ ਦਾ ਬੋਰਡਸ ਉਹ ਲਗਾਉਂਦੇ ਹੈ ਜਾਂ ਗ੍ਰਾਫਿਕ ਕਾਰਡ ਲਗਵਾਉਂਦੇ ਉਸ ਕੰਡੀਸ਼ਨ 'ਚ ਮੇਬੀ ਮੈਨੂੰ ਸਪਲਾਈ ਚੇਂਜ ਕਰਨੀ ਪੈ ਸਕਦੀ, ਬਟ ਸਟਿਲ ਸਿਸਟਮ ਦੇ ਅਕੋਰਡਿੰਗਲੀ ਇਹ ਸਪਲਾਈ ਮੈਂ ਥੋੜ੍ਹੀ ਹੈਵੀ 'ਚ ਰੱਖੀ ਹੋਈ ਹੈ। ਇਸ ਤੋਂ ਬਾਅਦ ਅਗਰ ਗੱਲ ਕਰਦੇ ਹਾਂ ਤਾਂ ਉਹ ਹੈ ਇਹਦੀ ਕੈਬਨਿਟ। ਕੈਬਨਿਟ ਵੀ ਜਿਹੜੀ ਅਸੀਂ ਯੂਜ਼ ਕਰ ਰਹੇ ਹਾਂ ਉਹ ਵੀ ਅਸੀਂ ਵੱਡੀ ਸਾਈਜ਼ ਯੂਜ਼ ਕਰ ਰਹੇ ਹਾਂ ਤਾਂ ਕਿ ਕੂਲਿੰਗਸ ਵਗੈਰਾ ਦਾ ਕੋਈ ਪ੍ਰੋਬਲਮਸ ਨਾ ਰਹੇ, ਈਜ਼ੀ ਇਹ ਸਿਸਟਮ ਜਿਹੜੇ ਨੇ ਉਹ ਇਹਦੇ ਵਿੱਚ ਇੰਸਟਾਲ ਹੋ ਜਾਣ ਅਤੇ ਕੱਲ੍ਹ ਨੂੰ ਗ੍ਰੈਫਿਕ ਕਾਰਡ ਵਗੈਰਾ ਵੀ ਇੰਸਟਾਲ ਕਰਨਾ ਹੋਵੇ ਤਾਂ ਉਹ ਵੀ ਈਜ਼ੀ ਇੰਸਟਾਲ ਹੋਵੇ। ਅਤੇ ਉਹਦੇ ਲਈ ਅਸੀਂ ਯੂਜ਼ ਕਰ ਰਹੇ ਹਾਂ ਕੂਲਰ ਮਾਸਟਰ ਦੀ ਕੈਬਨਿਟ ਯੂਜ਼ ਕਰ ਰਹੇ ਹਾਂ, 310C ਮਾਡਲ ਯੂਜ਼ ਕਰ ਰਹੇ ਹਾਂ। ਅਤੇ ਅਗਰ ਇਹਦੀ ਵੇਟ ਦੀ ਗੱਲ ਕੀਤੀ ਜਾਏ ਤਾਂ 5-5.5 ਕਿਲੋ ਦਾ ਇਹਦਾ ਵੇਟ ਹੈ ਆਪਣੀ ਕੈਬਨਿਟ ਦਾ। ਸੋ ਜਿਹੜੀ ਕਿ ਅਸੀਂ ਯੂਜ਼ ਕਰ, ਹੁਣ ਇਹ ਸਾਰੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਇੰਸਟਾਲ ਕਰਾਂਗੇ। ਹੁਣ ਜੇ ਗੱਲ ਕਰਦੇ ਹਾਂ ਪ੍ਰਾਈਜ਼ ਦੀ, ਅਗਰ ਇਹ ਸਾਰੇ ਸਿਸਟਮ ਦੀ ਅਗਰ ਮੈਂ ਪ੍ਰਾਈਜ਼ ਦੀ ਗੱਲ ਕਰਾਂ ਤਾਂ ਹਰ ਇੱਕ ਸਿਸਟਮ ਦਾ ਇੱਕ ਆਪਣਾ ਪ੍ਰਾਈਜ਼ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਜਿਵੇਂ ਕਿ ਤੁਹਾਡਾ i5 ਦਾ 9600K ਮਾਡਲ ਹੈ, ਅਗਰ ਮੈਂ ਇਹਦੀ ਪ੍ਰਾਈਜ਼ ਦੀ ਗੱਲ ਕਰਾਂ ਤੁਹਾਡੇ ਅੱਗੇ ਤਾਂ 18,000 ਤੋਂ 19,000 ਦੇ ਵਿੱਚ ਤੁਹਾਨੂੰ ਪ੍ਰੋਸੈਸਰ ਮਿਲ ਜਾਂਦਾ, ਕਿਉਂਕਿ ਜਿਹੜਾ ਪ੍ਰਾਈਜ਼ ਹੈ ਉਹ ਵੇਰੀਏਟ ਕਰਦਾ ਰਹਿੰਦਾ ਡਾਲਰ ਦੇ ਹਿਸਾਬ ਦੇ ਨਾਲ ਅਤੇ ਕਦੀ ਵੱਧ ਜਾਂਦਾ ਕਦੀ ਘੱਟ ਜਾਂਦਾ, ਉਹ ਇਸ ਤਰ੍ਹਾਂ ਚੱਲਦਾ ਰਹਿੰਦਾ। ਸੋ ਤੁਹਾਨੂੰ ਮਾਰਕੀਟ ਦੇ ਵਿੱਚ 18,500 ਤੋਂ 19,000 ਦੇ ਵਿੱਚ ਤੁਹਾਨੂੰ ਇਹ ਮਿਲ ਜਾਏਗਾ। ਹੁਣ ਜੇ ਗੱਲ ਕਰਾਂ ਮੈਂ ਤੁਹਾਡੇ ਅੱਗੇ ਰੈਮ ਦੀ ਤਾਂ 6,500 ਤੋਂ 7,000 ਦੇ ਵਿੱਚ ਤੁਹਾਨੂੰ ਰੈਮ ਮਿਲ ਜਾਏਗੀ। ਉਸ ਤੋਂ ਬਾਅਦ ਗੱਲ ਕਰਾਂ ਜੇ ਮੈਂ SSD ਅਤੇ ਜਿਹੜੀ ਇਹ SSD ਹੈ ਇਹ ਬੇਸਿਕਲੀ M.2 ਹੈ। ਇਹਦੀ ਪ੍ਰਾਈਜ਼ ਮਾਰਕੀਟ ਦੇ ਵਿੱਚ ਜਿਹੜੀ ਪ੍ਰਾਈਜ਼ ਵੈਲਿਊ ਹੈ ਉਹ ਘੱਟ ਘੱਟ 7,500 ਤੋਂ ਜਾਂ 7,800 ਦੇ ਕਰੀਬ ਕਰੀਬ ਇਹਦੀ ਮਾਰਕੀਟ ਦੇ ਵਿੱਚ ਪ੍ਰਾਈਜ਼ ਹੈ। ਅਤੇ ਇਹ ਤੁਹਾਨੂੰ 7,800 ਦੇ ਕਰੀਬ ਕਰੀਬ ਜਾਂ 7,500 ਦੇ ਕਰੀਬ ਕਰੀਬ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਈਜ਼ਲੀ ਅਵੇਲੇਬਲ ਮਿਲ ਜਾਏਗੀ। ਇਹ ਤਾਂ ਬੇਸਿਕਲੀ ਈਜ਼ਲੀ ਅਵੇਲੇਬਲ ਤਾਂ ਨਹੀਂ ਕਹਿ ਸਕਦਾ ਮੈਂ ਕਿਉਂਕਿ ਸਪੈਸ਼ਲ ਆਰਡਰ 'ਤੇ ਹੀ ਮੰਗਵਾਉਣੀ ਕਹਿੰਦੀ ਹੈ। ਜ਼ਿਆਦਾਤਰ ਡੀਲਰ ਜੋ ਲੋਕ ਆ ਉਹ ਇਸ ਵਾਲੀ SSD ਨੂੰ ਨਹੀਂ ਰੱਖਦੇ ਹੈ ਕਿਉਂਕਿ ਇਹਦੀ ਕੋਸਟ ਜ਼ਿਆਦਾ ਹੁੰਦੀ ਹੈ ਨੋਰਮਲ SSD ਨੂੰ। ਅਗਰ ਜੇ ਮੈਂ ਕੰਪੈਰੀਜ਼ਨ ਦੀ ਗੱਲ ਕਰਾਂ ਕਿ ਜਿਵੇਂ ਕਿ WD's ਜਾਂ ਹੋਰ ਕਿਸੇ ਕੰਪਨੀਜ਼ ਦੀ ਗੱਲ ਕਰਾਂ ਤਾਂ ਉਹੀ ਰੈਮ ਤੁਹਾਨੂੰ 250 GB ਜਿਹੜੀ ਆ 3,350 ਦੇ ਵਿੱਚ ਮਿਲ ਜਾਏਗੀ, ਜਦਕਿ 7,500 ਜਾਂ 7,800 ਦੇ ਨੀਅਰ ਅਬਾਊਟ ਮਿਲੇਗੀ। ਬਟ ਸਪੀਡ ਦਾ ਬਹੁਤ ਫਰਕ ਹੈ ਕਿਉਂਕਿ ਜਿਹੜੀ ਨੋਰਮਲ SSD ਨੇ ਉਹਨਾਂ ਦੀ ਟ੍ਰਾਂਜੈਕਸ਼ਨ ਜਿਹੜੀ ਸਪੀਡ ਹੈਗੀ ਹੈ ਉਹ 500 MB ਤੋਂ ਲੈ ਕੇ 600 MB ਪਰ ਸੈਕਿੰਡ ਹੈ, ਜਦਕਿ ਇਹਦੀ ਟ੍ਰਾਂਜੈਕਸ਼ਨ ਸਪੀਡ ਜਿਹੜੀ ਹੈ ਉਹ 6 GB ਤੱਕ ਹੈ, ਮਤਲਬ ਕਿ 6,000 MB ਤੱਕ ਹੈ।
ਕਿ ਕਾਫ਼ੀ ਜ਼ਿਆਦਾ ਉਹਦੇ ਨਾਲ, ਜਿਸ ਕਰਕੇ ਇਹਦੀ ਪ੍ਰਾਈਸ ਵੈਲਿਊ ਵੀ ਜ਼ਿਆਦਾ। ਉਸ ਤੋਂ ਬਾਅਦ ਮੈਂ ਗੱਲ ਕਰਾਂ ਅਗਰ ਮਦਰਬੋਰਡ ਦੀ, ਤਾਂ ਮਦਰਬੋਰਡ ਦਾ ਜਿਹੜਾ ਮਾਡਲ ਹੈ ਉਹ ਮੈਂ ਕਾਫ਼ੀ ਥੋੜ੍ਹਾ ਜਿਹਾ ਹੈਵੀ ਲਿਆ, ਤਾਂ ਕਿ ਇਨ ਫਿਊਚਰ ਦੇ ਵਿੱਚ ਇਹਦੇ ਵਿੱਚ ਮੈਂ ਅਗਰ ਕੋਈ ਐਡੀਟਿੰਗ ਜਾਂ ਸੈਟਿੰਗ ਕਰਨੀ ਹੋਵੇ ਜਾਂ ਐਡ ਕਰ ਜਾਂ GPU ਐਡ ਕਰਨਾ ਹੋਵੇ, ਕੁਛ ਵੀ ਕਰਨਾ ਹੋਵੇ ਤਾਂ ਹੋ ਸਕੇ। ਦੂਜੀ ਗੱਲ ਹੈ ਜਿਹੜਾ ਮਦਰਬੋਰਡ ਦੀ ਆਪਣੀ ਵੀ ਇੱਕ ਸਪੀਡ ਹੁੰਦੀ ਹੈ, ਜੇ ਤੁਸੀਂ ਇੰਨਾ ਕੁਛ ਲਗਾ ਰਹੇ ਹੋ ਤਾਂ ਤੁਹਾਡਾ ਮਦਰਬੋਰਡ ਜਿਹੜਾ ਉਹ ਸਾਰੇ ਡਾਟਾ ਟ੍ਰਾਂਸਫਰ ਕਰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਦੂਸਰੀ ਜਗ੍ਹਾ ਤੋਂ ਅਦਰ ਜਗ੍ਹਾ ਦੇ, ਅਤੇ ਮਦਰਬੋਰਡ ਦਾ ਜਿਹੜਾ ਪੋਰਸ਼ਨ ਦਾ ਬਹੁਤ ਇੰਪੋਰਟੈਂਟ ਦਾ। ਇਸ ਕਰਕੇ ਮਦਰਬੋਰਡ ਜਿਹੜਾ ਮੈਂ ਇਹ ਯੂਜ਼ ਕੀਤਾ, ਉਹ Z390E ਮਾਡਲ ਯੂਜ਼ ਕੀਤਾ। ਜੇਕਰ ਮੈਂ ਅਗਰ ਮੈਂ ਤੁਹਾਡੇ ਅੱਗੇ ਇਹਦੇ ਪ੍ਰਾਈਸ ਦੀ ਗੱਲ ਕਰਾਂ ਤਾਂ ਅਪਰੋਕਸੀਮੇਟਲੀ ਇਹ ਤੁਹਾਨੂੰ 22,000 ਦੇ ਕਰੀਬ ਕਰੀਬ ਮਾਰਕੀਟ ਵਿੱਚੋਂ ਮਿਲ ਜਾਏਗਾ, ਬਟ ਇਹ ਤੁਹਾਨੂੰ ਆਰਡਰ 'ਤੇ ਹੀ ਮੰਗਵਾਉਣਾ ਪਏਗਾ। ਇਹ ਨੋਰਮਲੀ ਹੀ ਡੀਲਰ ਜ਼ਿਆਦਾਤਰ ਲੋਕ ਨਹੀਂ ਰੱਖਦੇ ਆ, ਇਹ ਸਪੈਸ਼ਲ ਆਰਡਰ ਪਾ ਕੇ ਹੀ ਤੁਹਾਨੂੰ ਮੰਗਵਾਉਣਾ ਪੈ ਸਕਦਾ। ਬਾਕੀ ਜਿਹੜੀ ਵੱਡੀਆਂ ਸਟੇਟਾਂ ਨੇ ਜਾਂ ਦਿੱਲੀ ਵਰਗੇ ਜਾਂ ਮੁੰਬਈ ਵਰਗੀ ਸਟੇਟਾਂ ਨੇ, ਉੱਥੇ ਤੁਹਾਨੂੰ ਇਹ ਬੜੇ ਆਰਾਮ ਨਾਲ ਮਿਲ ਸਕਦਾ, ਕਿਉਂਕਿ ਉੱਥੇ ਜ਼ਿਆਦਾਤਰ ਗੇਮਿੰਗਸ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਕਾਫ਼ੀ ਜ਼ਿਆਦਾ ਕਰੇਜ਼ ਹੁੰਦਾ, ਅਤੇ ਉੱਥੇ ਇਹ ਚੀਜ਼ਾਂ ਈਜ਼ਲੀ ਅਵੇਲੇਬਲ। ਪਰ ਜੇ ਤੁਸੀਂ ਕੋਈ ਜਲੰਧਰ ਵਰਗੇ ਸ਼ਹਿਰ ਦੇ ਵਿੱਚ, ਤੁਹਾਨੂੰ ਇਹ ਚੀਜ਼ ਈਜ਼ਲੀ ਨਹੀਂ ਮਿਲੇਗੀ, ਤੁਹਾਨੂੰ ਆਰਡਰ 'ਤੇ ਹੀ ਮੰਗਵਾਉਣੀ ਪਏਗੀ। ਉਸ ਤੋਂ ਬਾਅਦ ਮੈਂ ਗੱਲ ਕਰਾਂ, ਜੇਕਰ ਮੈਂ ਅਗਰ ਕੂਲਿੰਗ ਫੈਨ ਦੀ ਗੱਲ ਕਰਾਂ, ਤਾਂ ਇਹ ਤੁਹਾਨੂੰ 2,000 ਦੇ ਕਰੀਬ ਕਰੀਬ ਮਾਰਕੀਟ ਵਿੱਚੋਂ ਮਿਲ ਜਾਏਗਾ। ਇਹ ਤੁਹਾਨੂੰ ਈਜ਼ੀ ਅਵੇਲੇਬਲ ਹੋ ਸਕਦਾ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਸੋ ਇਹ ਤੁਹਾਨੂੰ 2,000 ਦੇ ਕਰੀਬ ਕਰੀਬ ਮਾਰਕੀਟ 'ਚੋਂ ਮਿਲ ਜਾਏਗਾ। ਇਹਦੀ ਪਾਵਰ ਸਪਲਾਈ ਦੀ ਗੱਲ ਕਰਾਂ, ਤਾਂ ਇਹ ਆਪਾਂ ਗੀਗਾਬਾਈਟ ਦੀ, ਬੇਸਿਕਲੀ ਮੈਂ ਤਾਂ ਕੂਲਰ ਮਾਸਟਰ ਦੀ ਲਾਣੀ ਸੀ, ਬਟ ਸਡਨਲੀ ਕੀ ਹੋਇਆ ਕਿ ਕੂਲਰ ਮਾਸਟਰ ਦੀ ਕੈਬਨਿਟ ਖਤਮ ਹੋ ਗਈ, ਜਿਹਦੇ ਕਰਕੇ ਮੈਨੂੰ ਫਿਰ ਥੋੜ੍ਹਾ ਜਿਹਾ ਇਹ ਵਾਲਾ ਮਾਡਲ ਲੈਣਾ ਪੈ ਗਿਆ ਹੈਵੀ ਦੇ ਵਿੱਚ। ਅਤੇ ਇਹ ਹੈਗੀ ਹੈ ਗੀਗਾਬਾਈਟ ਦੀ 2700H 18+ ਬਰਾਊਂਸ ਮਾਡਲ ਹੈ। ਜੇਕਰ ਮੈਂ ਇਹਦੀ ਪ੍ਰਾਈਸ ਦੀ ਗੱਲ ਕਰਾਂ, ਤਾਂ ਅਪਰੋਕਸੀਮੇਟਲੀ 6,000 ਤੋਂ 6,500 ਦੇ ਵਿੱਚ ਵਿੱਚ ਮਾਰਕੀਟ ਵਿੱਚ ਤੁਹਾਨੂੰ ਈਜ਼ੀਲੀ ਅਵੇਲੇਬਲ ਹੋ ਜਾਏਗਾ। ਸੋ ਇਹ ਤਾਂ ਸੀ ਸਾਡੀ ਪਾਵਰ ਸਪਲਾਈ। ਹੁਣ ਆਪਾਂ ਗੱਲ ਕਰਦੇ ਹਾਂ ਕੈਬਨਿਟ ਦੀ। ਕੈਬਨਿਟ ਦਾ ਜਿਹੜਾ 310 ਮਾਡਲ ਸੀ ਹੈਗਾ ਕੂਲਰ ਮਾਸਟਰ ਦਾ, ਇਹ ਤੁਹਾਨੂੰ 2500 ਤੋਂ 2800 ਦੇ ਵਿੱਚ ਵਿੱਚ ਮਾਰਕੀਟ 'ਚ ਮਿਲ ਜਾਏਗਾ। ਸੋ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਦੱਸ ਦਿੱਤਾ, ਅਤੇ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਇਹਦੀ ਅਸੈਂਬਲਿੰਗ ਇੰਸਟਾਲਿੰਗ ਸਾਰੀ ਇੱਥੇ। ਅਤੇ ਚਲੋ ਜ਼ਿਆਦਾ ਟਾਈਮ ਨਾ ਲੈਂਦੇ, ਹੁਣ ਆਪਾਂ ਸਟਾਰਟ ਕਰਦੇ ਹਾਂ ਇਹਨਾਂ ਦੀ ਅਸੈਂਬਲਿੰਗ ਔਰ ਅਨਬੋਕਸਿੰਗ ਕਰਦੇ ਹਾਂ, ਦੇਖਦੇ ਹਾਂ ਇਹਨਾਂ ਵਿੱਚ ਕੀ ਕੀ ਪ੍ਰੋਡਕਟ ਆਉਂਦੇ ਆ ਅਤੇ ਕੀ ਕੀ ਹੈਗੇ। ਤੋ ਚਲੀਏ ਸਟਾਰਟ ਕਰਦੇ ਹਾਂ।